Hello friends let's discuss tea or coffee speaking part 1 so guys if you are watching my video first time then, then please like share and subscribe my channel so let's get started first question is do indian people like to drink tea or coffee ki jehde indian lok aa ohna nu tea te coffee pina pasand aa well mostly indian people love to take tea most of mostly jehde indian people ohna nu zyada tea lena pasand aa ਚਾਹ ਲੈਣਾ ਐਕਚੁਅਲੀ ਇਟ ਇਜ਼ ਨੋਟ ਜਸਟ ਅ ਡਰਿੰਕ ਫਾਰ ਅਸ ਅ ਰਿਚੁਅਲ ਐਂਡ ਅ ਸੈਲੀਬ੍ਰੇਸ਼ਨ ਇਹ ਅਸਲ ਵਿੱਚ ਇਹ ਇੱਕ ਡਰਿੰਕ ਹੀ ਨਹੀਂ ਸਾਡੇ ਲਈ ਇੱਕ ਰਿਵਾਜ ਵੀ ਅਤੇ ਸੈਲੀਬ੍ਰੇਸ਼ਨ ਵੀ ਇਟ ਇਜ਼ ਮੋਰ ਅਫੋਰਡੇਬਲ ਦੈਨ ਕਾਫੀ ਐਸ ਵੈਲ ਇਹ ਜ਼ਿਆਦਾ ਅਫੋਰਡੇਬਲ ਹੈ ਕਾਫੀ ਦੇ ਨਾਲ ਜੇ ਆਪਾਂ ਕੰਪੇਅਰ ਕਰਦੇ ਆ ਸੈਕੰਡ ਇਜ਼ ਡੂ ਯੂ ਪ੍ਰਿਪੇਅਰ ਟੀ অর ਕਾਫੀ ਫਾਰ ਗੈਸਟਸ ਐਟ ਹੋਮ ਕੀ ਤੁਸੀਂ ਪ੍ਰਿਪੇਅਰ ਕਰਦੇ ਹੋ ਟੀ ਜਾਂ ਕਾਫੀ ਗੈਸਟਸ ਨੂੰ ਤੁਹਾਡੇ ਘਰ ਵਿੱਚ ਯੈਸ ਵੈਨੇਵਰ ਮਾਈ ਮਦਰ ਇਜ਼ ਨਾਟ ਐਟ ਹੋਮ ਜਦੋਂ ਵੀ ਮੇਰੇ ਮਦਰ ਘਰ ਨਹੀਂ ਹੁੰਦੇ ਆਈ ਪ੍ਰਪੇਅਰ ਟੀ ਫੋਰ ਕਿਥ ਐਂਡ ਕਿਨ ਤਾਂ ਮੈਂ ਪ੍ਰਪੇਅਰ ਕਰਦਾ ਹਾਂ ਟੀ ਮੇਰੇ ਕਿਥ ਐਂਡ ਕਿਨ ਲਈ ਮੀਨਸ ਮੇਰੇ ਗੈਸਟਸ ਲਈ ਰਿਸ਼ਤੇਦਾਰ ਐਂਡ ਦੋਸਤ ਲਈ ਐਕਚੁਅਲੀ ਇਟ ਇਜ਼ ਵੈਰੀ ਈਜ਼ੀ ਟੂ ਪ੍ਰਪੇਅਰ ਦਿਸ ਬੈਬਰੇਜ ਐਕਚੁਅਲੀ ਇਹ ਬਹੁਤ ਹੀ ਈਜ਼ੀ ਹੈ ਪ੍ਰਪੇਅਰ ਕਰਨਾ ਜਿਹੜਾ ਬੈਬਰੇਜ ਹੈ ਜਿਹੜਾ ਡਰਿੰਕ ਹੈ ਆਈ ਲਰਨਡ ਇਟ ਫਰਮ ਮਾਈ ਮਦਰ ਮੈਂ ਇਹ ਮੇਰੇ ਮਦਰ ਤੋਂ ਸਿੱਖਿਆ ਨੈਕਸਟ ਇਜ਼ ਵੈਨ ਵਾਸ ਦਾ ਲਾਸਟ ਟਾਈਮ ਯੂ ਡਰੈਂਕ ਟੀ ਲਾਸਟ ਟਾਈਮ ਕਦੋਂ ਜਦੋਂ ਤੁਸੀਂ ਟੀ ਪੀਤੀ Honestly speaking one hour before honestly dassan ta ik ghanta pehla i drank it main eh piti when i go outside i always take it as it gives me instant energy and confidence jadon hi main bahar jana outside ta main hamesha eh lena kyunki mainu instant energy de confidence dindi hai so last question is do you sometimes go outside for coffee or tea ਕੀ ਤੁਸੀਂ ਕਈ ਵਾਰ ਆਊਟਸਾਈਡ ਜਾਂਦੇ ਹੋ ਕਾਫੀ ਤੇ ਟੀ ਲਈ ਯੈਸ ਇਨ ਦਾ ਵੀਕਐਂਡ ਹਾਂ ਵੀਕਐਂਡ ਵੇਲੇ ਵੈਨ ਆਈ ਗੋ ਆਊਟਸਾਈਡ ਵਿਦ ਮਾਈ ਫਰੈਂਡਸ ਜਦੋਂ ਮੈਂ ਆਊਟਸਾਈਡ ਜਾਂਦਾ ਮੇਰੇ ਫਰੈਂਡਸ ਨਾਲ ਵੀ ਗੋ ਟੂ ਦਾ ਕਾਫੇ ਐਂਡ ਟੇਕ ਟੀ ਐਂਡ ਸਮ 스ਨੈਕਸ ਵਿਦ ਇਟ ਅਸੀਂ ਕਾਫੇ ਜਾਂਦੇ ਹਾਂ ਤੇ ਚਾਹ ਲੈਣੇ ਆ ਤੇ ਕੁਝ 스ਨੈਕਸ ਦੇ ਨਾਲ ਸੋ ਗਾਇਜ਼ ਦੈਟਸ ਆਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ